ਮਕਾਨ ਟੱਠਾ ਨਾ ਉਸ ਤੋਂ ਬਾਅਦ ਮੈਂ ਸਮਾਨ ਕੱਢਣਾ ਸ਼ੁਰੂ ਕਰੀ ਮਾਰਿਆ ਠੀਕ ਹੈ ਤਾਂ ਮੁੜੀ ਦਿਸੋ ਕਿ ਸਮਾਨ ਕੱਢੀ ਬਾਹਰ ਹੱਥਾਂ ਧਰਿਆ ਤਾਂ ਗਰ ਗਰ ਹੋਈ ਚੁੱਕਿਆ ਅਗਲੇ ਜਿਹੜੀ ਕੜੀ ਜੀ ਸੀ ਇੱਥੇ ਪੀਏ ਵਿੱਚ ਅਤੇ ਫਿਰ ਨਾ ਪਛਾਣ ਹੋਈ ਆ ਮੈਂ ਬਹਿ ਗਿਆ ਮੈਂ ਉੱਠੋ ਨਹੀਂ ਆਇਆ ਮਾਰਿਆ ਸੀ ਇਹ ਜਿਹੜਾ ਹੈ ਨਾ ਇਹਨਾਂ ਨਾਲ ਇੱਕ ਰੂਮ ਹੈ ਇੱਕ ਕਮਰਾ ਹੈ ਇੱਕ ਜੀ ਇਹ ਕਮਰਾ ਹੈ ਤੇ ਉਸਨੇ ਸਾਲ ਤੱਕ ਕਿਸੇ ਕੋਈ ਦਰਵਾਜ਼ਾ ਸ਼ਰਵਾਜ਼ਾ ਨਹੀਂ ਹੈ ਸਾਰਾ ਕੁਝ ਚੀਂ ਜਿਹੜੇ ਨਹੀਂ ਇਹ ਡੱਬੇ ਲਾਈ ਨਾ ਤੋ ਟਾਈਮ ਵਿੱਚ ਪਾਣਾ ਜਾਂ ਮੈਂ ਆਖਿਆ ਵੀ ਚਲੋ ਕਿਸੇ ਨੇ ਅੱਲਾ ਜੀ ਮਹਤਾਜ ਨਾ ਕਰੇ ਠੀਕ ਹੋ ਗਿਆ ਤੇ ਅੱਲਾ ਸੋਹਣਾ ਮਹਤਾਜ ਕੀਤਾ ਆਖਰ ਜੇ ਛੋਟੇ ਛੋਟੇ ਇਹਨਾਂ ਬੱਚੀਆਂ ਦੋ ਨੇ ਤੇ ਜਿਹੜਾ ਨਾ ਉਹ ਹੁਣ ਪਰੇਸ਼ਾਨ ਹੋਏ ਨੇ ਬੱਚੇ ਹਣੇ ਨਾ ਸਾਨੂੰ ਲੇਟਣ ਦੀ ਜਗ੍ਹਾ ਕੋਈ ਨਹੀਂ ਬਾਰਿਸ਼ ਆਈ ਜਾਸੀ ਅਸੀਂ ਕੁਦਰ ਜਾ ਸਕ ਇਧਰ ਬਾਥਰੂਮ ਵਗੈਰਾ ਵੀ ਉਹ ਵਿੱਚੋਂ ਚੈੱਕ ਕਰਾਇਆ ਕਿ ਨਾ ਨਾ ਹੀ ਆ ਬਾਥਰੂਮ ਨਾ ਜੀ ਉਹ ਵਾਵੇਂ ਬਕਤੀ ਬਣਾਇਆ ਬੱਚੀਆਂ ਵਾਸਤੇ ਚਲੋ ਅੱਲਾ ਬਿਹਤਰ ਕਰਸੀ ਹੈ ਇਧਰ ਜਿਸ ਟਾਈਮ ਜਿਹੜੀ ਹੈ ਫਿਲਹਾਲ ਜਿਹੜਾ ਗੁਜ਼ਰ ਬਸਰ ਕਰੀ ਰਹੇ ਪਾਰ ਤੰਬੂ ਹੈ ਉਹ ਤੰਬੂ ਆ ਉਹ ਸਾਹਮਣੇ ਲਗਾਇਆ ਤੰਬੂ ਜੀ ਬਿਸਮ ਅੱਲਾ ਰਹਿਮਾਨ ਰਹੀਮ ਅਸਲਾਮ ਵਾਲੀਕਮ ਨਾਜ਼ਰੀਨ ਉਮੀਦ ਹੈ ਕਿ ਸਾਰੇ ਦੋਸਤ ਭੈਣਾਂ ਭਰਾ ਬਿਲਕੁਲ ਠੀਕ ਠਾਕ ਹੋ ਸਨ ਜੀ ਡਡਿਆਲ ਟੀ ਵੀ ਨਾਲ ਮੇਰੇ ਸਨ ਮੇਜ਼ਬਾਨ ਅਦਰੀਸ ਆਜ਼ਮ ਅੱਜ ਮੌਜੂਦ ਹਾਂ ਜੀ ਅਸਾਂ ਚੜ੍ਹੋਈ ਨਾ ਇਲਾਕਾ ਹੈਗਾ ਡਮਾਸ ਉਹ ਡਮਾਸ ਹੋ ਗਿਆ ਗ੍ਰਾਂ ਆ ਉਹਨਾਂ ਬਜ਼ੁਰਗਾਂ ਕੋਲ ਨਾ ਪੁੱਛਾਂ ਇਤਨਾ ਮੁਸ਼ਕਲ ਹੈ ਕਿ ਮਿਕੀ ਨਹੀਂ ਹੈ ਬੇਸਿਕਲੀ ਇਹ ਵੀਡੀਓ ਇੱਕ ਸਾਡੇ ਭਾਈ ਔਰ ਸੇ ਉਹਨਾਂ ਅਪਲੋਡ ਕੀਤੀ ਸੀ ਛੋਟੀ ਜਿਹੀ ਮੁਖਤਸਰ ਜੀ ਵੀਡੀਓ ਸੀ ਇੱਕ ਮਿੰਟ 'ਚੋਂ ਵੀ ਕੰਮ ਨਹੀਂ ਸੀ ਔਰ ਉਹ ਵੀਡੀਓ ਵਾਇਰਲ ਹੋਈ ਹੈ ਔਰ ਉਸ ਵੀਡੀਓ ਨੇ ਬਿਨਾਂ ਭਰੀ ਅੱਜ ਅਸਾਂ ਆਏ ਹਾਂ ਬੇਸਿਕਲੀ ਬਜ਼ੁਰਗਾਂ ਨੇ ਇੱਕ ਮਕਾਨ ਸਾ ਜਿਹੜਾ ਕਿ ਵੈਸੇ ਤਾਂ ਇਹ ਕੱਚਾ ਸਾ ਲੇਕਿਨ ਬਾਰਿਸ਼ਾਂ ਆਈਆਂ ਜਾਂ ਖਾਲੀਆਂ ਬਾਰਿਸ਼ਾਂ ਉਹਨਾਂ ਨੇ ਦਰਮਿਆਨ ਜਿਹੜਾ ਨਹੀਂ ਉਹ ਫਿਰ ਤਬਾਹ ਹੋਈ ਗਿਆ ਸਾ ਅਤੇ ਫਿਰ ਉਹ ਵੀਡੀਓ ਜਿਸਲੇ ਭਾਈ ਹੋਰਾਂ ਲਾਈ ਹੈ ਫਿਰ ਕਾਫੀ ਵਾਇਰਲ ਵੀ ਹੋਈ ਹੈ ਫਿਰ ਇੰਗਲੈਂਡ 'ਚੋਂ ਮਿਕੀ ਇੱਕ ਭਾਈ ਹੋਰਾਂ ਰਿਕੁਐਸਟ ਕੀਤੀ ਸੀ ਸਾਡੀ ਸੋਰੀ ਭੈਣ ਸੀ ਉਹਨਾਂ ਕਿ ਤੁਸੀਂ ਜਾਓ ਉੱਥੇ ਚੈੱਕ ਕਰੋ ਮੌਕਾ ਸਿਚੁਏਸ਼ਨ ਅਤੇ ਜਿਤਨੀ ਵੀ ਹੈਲਪ ਹੋਈ ਇਨਸ਼ਾਲਾ ਅਸਾਂ ਕਰਸਾਂ ਆ ਅਤੇ ਬੇਸਿਕਲੀ ਅੱਜ ਉਹ ਹੈ ਜਿਹੜਾ ਪ੍ਰੋਗਰਾਮ ਹੈ ਉਹ ਕਵਰ ਕਰਨ ਵਾਸਤੇ ਰਹੇ ਹਾਂ ਬਜ਼ੁਰਗਾਂ ਨਾਲ ਤੁਹਾਨੂੰ ਮੁਲਾਕਾਤ ਕਰਾਉਣੇ ਆ ਕਿ ਐਕਚੁਅਲ ਸਿਚੁਏਸ਼ਨ ਜਿਹੜੀ ਸੀ ਕੈਸੀ ਉਹ ਅਸਲਾਮ ਵਾਲੇਕਮ ਬਜ਼ੁਰਗੋ ਵਾਲੇਕਮ ਸਲਾਮ ਕਿਆ ਨਾਂ ਹੈ ਤੁਸਾਂ ਦਾ ਨਾਂ ਸ਼ਾਦਮ ਹੁਸੈਨ ਸ਼ਾਦਮ ਹੁਸੈਨ ਪਹਿਲੇ ਤਾਂ ਮੈਂ ਦੱਸੋ ਕਿ ਜਗ੍ਹਾ ਦਾ ਨਾਂ ਕਿਆ ਹੈ ਇੱਥੇ ਇਹ ਜਗ੍ਹਾ ਨਾਂ ਪਤਲਾਣੀਆਂ ਪਤਲਾਣੀਆਂ ਜੀ ਡਮਾਸ ਪਤਲਾਣੀਆਂ ਨੇ ਮਕਾਮ ਉੱਪਰ ਹੈ ਤੇ ਵੀ ਦੱਸੋ ਇਹ ਜਿਹੜੀ ਵੀਡੀਓ ਅਪਲੋਡ ਹੋਈ ਹੈ ਇਹ ਮਕਾਨ ਸੁਣ ਠਾ ਕਿਤਨਾ ਟਾਈਮ ਪਹਿਲੇ ਨਾ ਆਈ ਹੈ ਇਸ ਸਿਚੁਏਸ਼ਨ ਇਹ ਕਾਫੀ ਅਰਸੇ ਚੜਾ ਸੀ ਬਸ ਗਈ ਟੱਠਾ ਹੈ ਬਾਰਿਸ਼ ਹੋਈ ਹੈ ਠੀਕ ਹੈ ਤੇ ਰਾਤੀ ਬਾਰਿਸ਼ ਹੋਈ ਹੈ ਸਵੇਰ ਕਰੀਬਨ 9-10 ਵਜੇ ਨਾਲ ਟੇ ਪਿਆ ਸਹੀ ਸਮਾਨ ਸਮਾਨ ਸਵੇਰਾ ਕੱਢਣੇ ਸ਼ੁਰੂ ਕਰੀ ਮਹਾਰਾਜ ਹਸਨ ਨੂੰ ਟਈ ਪਿਆ ਪਤਰੀਆ ਸਿੰਘ ਮਹਾਰਾਜ ਤਾਂ ਆਖਣਾ ਬਚੋ ਆਪਣੀ ਜਾਨ ਬਚਾਓ ਅਤੇ ਟਈ ਪਿਆ ਮੁੜੀ ਮੈਂ ਠੀਕ ਹੈ ਫਿਰ ਇਸ ਕੋਈ ਦੂਰ ਹੀ ਗਿਆ ਪਿੱਛੇ ਖਲੀ ਤਾਂ ਆਖਣਾ ਬਈ ਮੈਂ ਇਹ ਫੋਟੋ ਚੱਕਣਾ ਇਹਨਾਂ ਸਹੀ ਮੈਂ ਕਿਆ ਫੋਟੋ ਚੱਕ ਸੇ ਟਈ ਪਿਆ ਤਾਂ ਹੁਣ ਕਿਆ ਹੋ ਸਕਣਾ ਸਹੀ ਹੈ ਕੌਣ ਕਰ ਸੀ ਮਹਾਰਾ ਇਸ ਕਮਰਾ ਕੋਈ ਕਰਨਾ ਵਾਲਾ ਨਹੀਂ ਖਦਾ ਤੋਂ ਬਗੈਰ ਨਹੀਂ ਨਹੀਂ ਇਨਸ਼ਾਅੱਲਾ ਬਿਹਤਰ ਹੋ ਸੀ ਹੈ ਤਾਂ ਬਾਕੀ ਮੈਂ ਦੱਸੋ ਕਿ ਬਚਤ ਹੋਏਗੀ ਸੀ ਨਾ ਕੋਈ ਹਾਂ ਬਚਤ ਹੋਏਗੀ ਸੀ ਬਚਤ ਹੀ ਹੈ ਬਚੀ ਗਏ ਹਾਂ ਬਚੇ ਬਚਾਈ ਆ ਪਿਤਰੀਆ ਸੀ ਤਾਂ ਇਸ ਬਚਾਇਆ ਐਸਾ ਗਿਆ ਤੁਸੀਂ ਬਚੋ ਦੂਰ ਲਗੇ ਜਾਓ ਸਹੀ ਹੈ ਅਤੇ ਉਹ ਫਿਰ ਜਾਂ ਟਈ ਜਾ ਤਾਂ ਮੁੜੀ ਬਾਅਦ ਸਾਰੇ ਆਏ ਤਾਂ ਉਹਨਾਂ ਆਖਿਆ ਬਈ ਬੱਟੇ ਗਿੱਟੇ ਜਿਹੜੇ ਬਾਲ ਛਾਲੇ ਬਾਹਰ ਕੱਢੋ ਅਤੇ ਜਗ੍ਹਾ ਛੋੜੀ ਆ ਸਹੀ ਹੈ ਬੇਸਿਕਲੀ ਇੱਕ ਮਕਾਨ ਤੁਸੀਂ ਕਿ ਅਸਾਂ ਸ਼ੁਰੂ ਕੀਤਾ ਸਾ ਉੱਥੇ ਯਾਦ ਹੋ ਸੀ ਚਮੇੜੀ ਨੇ ਮਕਾਮ ਉੱਪਰ ਬਿਲਕੁਲ ਕੱਚਾ ਜਿਹਾ ਮਕਾਨ ਸਾ ਸਾਰਾ ਸਿਚੁਏਸ਼ਨ ਉਹਨਾਂ ਨੇ ਤੁਸੀਂ ਕਿ ਦੱਸੀ ਸੀ ਉਹ ਮਕਾਨ ਸਾਂ ਅਗਰ ਤੱਕੋ ਤਾਂ ਇਹਨਾਂ ਨੇ ਹਾਲਤ ਤੱਕੋ ਤਾਂ ਉਹ ਉਸ ਟਾਈਮ ਬਿਹਤਰ ਸਾ ਮਕਾਨ ਉਸ ਹਾਲਤ ਹੀ ਲੇਕਿਨ ਇਹ ਮਕਾਨ ਜਿਹੜਾ ਨਹੀਂ ਫਿਲਹਾਲ ਕਾਫੀ ਡੈਮੇਜ ਵੀ ਹੋਇਆ ਵਾ ਹੈ ਕੱਚਾ ਆ ਕੱਚਾ ਹੋਣੇ ਦੇ ਬਾਵਜੂਦ ਵੀ ਹਰ ਜਗ੍ਹਾ ਡੈਮੇਜ ਹੋਇਆ ਵਾ ਕਿ ਮਤਲਬ ਕਿ ਰਹਿਣੇ ਨੇ ਕਾਬਲ ਉਸ ਟਾਈਮ ਨਹੀਂ ਹੈ ਰਾਸ਼ ਸਾਹਿਬ ਅਗਰ ਤੁਸੀਂ ਪਿੱਛੇ ਮਾਰਸੋ ਤਾਂ ਨਜ਼ਰ ਅੱਛਾ ਹੋ ਸੀ ਤਾਂ ਕਿ ਇਸ ਟਾਈਮ ਉਹ ਤੰਬੂ ਜਿਹੜਾ ਨਹੀਂ ਹੈ ਉਹਨਾਂ ਉਹ ਰੱਖਿਆ ਵਾ ਕਿਉਂਕਿ ਇੱਕ ਰਹਿਣੇ ਦਾ ਜਿਹੜਾ ਕਮਰਾ ਹੈ ਉਹਨਾਂ ਕੋਲ ਹਿੱਕੀ ਹੈ ਇਸ ਟਾਈਮ ਜਿੱਥੇ ਉਹ ਸਾਰਾ ਕੁਝ ਰਹਿਣੇ ਅਤੇ ਬਾਕੀ ਹੈ ਕਿ ਜ਼ਹਿਰ ਹੈ ਬੱਚੇ ਵੀ ਹੈ ਨਹੀਂ ਇਹਨਾਂ ਨੇ ਦੋ ਬੇਟੀਆਂ ਹੀ ਆ ਦੋ ਬੇਟੀਆਂ ਹੈ ਜੀ ਦੋ ਬੱਚੇ ਦੋ ਬੇਟੇ ਤਾਂ ਉਹ ਵੀ ਇੱਕ ਬੇਟਾ ਉਹਨਾਂ ਨਾਲ ਜਿਹੜਾ ਬੜਾ ਉਹਨਾਂ ਡਿਸੇਬਲ ਹੈ ਮਤਲਬ ਕਿ ਮੈਂਟਲੀ ਵੀ ਡਿਸਟਰਬ ਹੈ ਥੋੜ੍ਹਾ ਅਤੇ ਬਾਕੀ ਇੱਕ ਛੋਟਾ ਆ ਅਤੇ ਬਜ਼ੁਰਗਾਂ ਨੂੰ ਸਹਾਲਤ ਤੱਕ ਹੀ ਸਕਣੇ ਹੋ ਕਿ ਇਸ ਟਾਈਮ ਨਹੀਂ ਹੈ ਕਿ ਉਹ ਸਾਰੀਆਂ ਚੀਜ਼ਾਂ ਅਫੋਰਡ ਕਰੀ ਸਕਣ ਬਾਕੀ ਮਾਈ ਔਰ ਵੀ ਮੌਜੂਦ ਹੈ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕਿਤਨਾ ਟਾਈਮ ਹੋ ਗਿਆ ਉਸ ਸੰਗੀਤ ਹੈ ਜਿਹੜਾ ਨਹੀਂ ਹੈ ਇੱਥੇ 60-65 ਸਾਲ ਹੋ ਗਏ ਨੇ 65 ਸਾਲ ਹੋ ਗਏ ਨੇ ਇਤਨੇ ਠੀਕ ਹੈ ਇਤਨੇ ਹੋ ਗਏ ਤੇ ਇਸ ਪਹਿਲੇ ਵਾਲਦ ਸਾਹਿਬ ਨੇ ਬਣਾਏ ਸਨ ਮਕਾਨ ਤਾਂ ਉਹ ਫਿਰ ਪਤਾ ਉਸ ਨਾ ਜ਼ਮਾਨੇ ਨੇ ਇਸੇ ਤਰ੍ਹਾਂ ਹੋਣੇ ਸਨ ਮਕਾਨ ਤਾਂ ਹੁਣ ਜ਼ਹਿਰ ਬੱਚੇ ਵੀ ਕੋਈ ਨਹੀਂ ਇਤਨੇ ਬੜੇ ਜਿਵੇਂ ਕੋਈ ਬੱਚਾ ਹੋਣਾ ਕੋਈ ਕਮਾਈ ਕਰਨ ਵਾਲਾ ਹੋਣਾ ਚਲੋ ਬਈ ਮਾਈ ਬਾਪ ਨਹੀਂ ਸੋਚਣਾ ਆ ਤੇ ਬੱਚੇ ਵੀ ਛੋਟੇ ਛੋਟੇ ਬੱਚੀਆਂ ਦੋ ਨੇ
ते जेड़ा ना वो उन परेशान होए इन बच्चे अने नसा नहीं लेटने जगह कोई नहीं बारिश आ जैसे ऐसा कुदर जासा ते परेशान आ इस वजह से असनी कोई हेल्प करो गरीब बहुत ज्यादा गरीब बंदे इतना इस टाइम हो गया असन की ते कुसे कदे नहीं हेल्प की ते कोई पूछया नहीं नहीं कुसे भी नहीं कोई ना अपने अपने भी ऐसे ते कोई नहीं कुसे भी नहीं सही है ते हुन जड़ा ना इस बच्चे ने अल्लाह जिंदगी दे इस बच्चे जा असनी हेल्प कीती है ते दुआले में तुसा आए तुसा नहीं अल्लाह जड़ा नहीं कोई मसला नहीं दुर्गा में दसो कि पहले क्या करने से मतलब किस तरीके ना सिस्टम चलना है तुसाना मैं पहले जना बड़ा ही कारोबार करना सा ये मतलब ठीक है ये बाले करना सा ठीक है तो मुझे मैं किधर ना गया यार वेली आखने रे जा बाहर मैं यार अल्लाह सुना इतने मार टाइम तो पाई दिया सही है तो नहीं फिर मारी बांझ जैसे डैमेज हो गया ना टूटी गया इस मुंडे ने सही तो फिर मैं कहा रही दिया चलो पैना भरा अज तो कोई बारू बारू नहीं लागे तो मैं पेने दे खर्चा भाई तू परेशान ना होया तो ठीक है यार तू घर कर राशि साहब अगर अच्छे तुम सिचुएशन दसने कि एक्चुअल सिचुएशन इस टाइम इन्होंने क्या है ये जरा बेसिकली बुजुर्गो आई जासो तुसा भी नाल जी ये जरा है ना इन्हें ना एक रूम है एक कमरा है एक जी ये कमरा है के ते उसने सा हालत तक सकना कोई दरवाजा शरवाजा नहीं है सारा कुछ चीज जेड़े नहीं है डब्बे नहीं है टाइम पे तमाना जा मैं आ क्या हो चलो किसने अल्लाह जी मुताज ना करे ठीक हो गया ते अल्लाह सोना मुताज किता आखिर सही है क्या हो सकना कौन अल्लाह बेहतर कर सी है राशिद साहब इधर मासो एक के जड़ा कमरा है इन्हें ना बनादा रहा पा इतनी भी हालत को नहीं है कि बारिश विच वाह बादशाह की कोई कोई त्रै चार मंजिया उत्थे रहना भी बड़ा मुश्किल ही है राती ऐ तो कोई ये पर्दे लाए तो गुजारा कर रहा ये अगर राशा भी इत्थे कोई दीवार शिवार कोनी है नहीं दीवार कोई नहीं है वैसे के सीमेंट ने जेड़े त्रोड़े होने ना त्रोड़े ना मैं मतलब मैं तुसें की दस्या ना वो जेड़ा चमेड़ीला मकान सा ना वो बेहतर सा उस लिहाज नाल जिस कच्चा सा इसने मलू कुछ भी नहीं ना कख भी नहीं इसने विच इस वजह से जो ये हिस्सा है ना वो डैमेज होया और नीचे आया है और सारा कुछ समझो कि ये जड़ा दो मकान से ना एक तो समझो कि मलू फारग हो गया उसने वजह से क्योंकि इसने पर कख है ही नहीं सा इतना जो अफोर्ड करी सके है कि नीचे आई दरम गिरी गया हाँ बस जी क्या सही है तो बाकी राशिद साहब तुस आई जाओगे तुम एक और चीज़ दसने कि ਪਾਣੀਆਂ ਨਾਲ ਕਿਆ ਸਿਚੁਏਸ਼ਨ ਹੈ ਪਾਣੀ ਦਾ ਹੋਇਆ ਤੇ ਤੱਕ ਤੱਕੇ ਆਏ ਤੇ ਸਾਰੇ ਰਸਤੇ ਪਾਣੀ ਹੋ ਗਿਆ ਬਿਲਕੁਲ ਰਾਜ ਸਾਹਿਬ ਅਗਰ ਰਸਤਾ ਆਏ ਆ ਅਸਾਂ ਤਾਂ ਨੀਚੇ ਸੋ ਅਸਾਂ ਤਕਰੀਬਨ ਇਥੋਂ ਲੱਗੀ ਜਾਣੇ ਤਾਂ 5 ਮਿੰਟ ਲੇਕਿਨ ਉਹ ਜਿਹੜਾ 5 ਮਿੰਟ ਵੀ ਹੈ ਨਾ ਸਮਝੋ ਕਿ ਅੱਧੇ ਘੰਟੇ ਨੇ ਬਰਾਬਰ ਹੈ ਅੱਧੇ ਘੰਟੇ ਤੇ ਪਾਣੀ ਮਤਲਬ ਕਿ ਖੁਦ ਉਥੋਂ ਆਨੇ ਟੋਈ ਦਾ ਆਨੇ ਹਾਂ ਸਰਾ ਪਰ ਪਾਣੀ ਆਨੇ ਸਰਾ ਤਾਂ ਬਾਕੀ ਇਧਰ ਬਾਥਰੂਮ ਵਗੈਰਾ ਵੀ ਉਹ ਵਿੱਚੋਂ ਹੀ ਚੈੱਕ ਕਰਾਇਆ ਹੈ ਕਿ ਨਾ ਨਹੀਂ ਆ ਬਾਥਰੂਮ ਨਾ ਜੀ ਉਹ ਆਵੇਂ ਬਾਕੀ ਤੇ ਬਣੇ ਆ ਬੱਚੀਆਂ ਵਾਸਤੇ ਚਲੋ ਅੱਲਾ ਬਿਹਤਰ ਕਰ ਸੀ ਤਾਂ ਇਧਰ ਜਿਸ ਟਾਈਮ ਜਿਹੜੀ ਹੈ ਫਿਲਹਾਲ ਜਿਹੜਾ ਗੁਜ਼ਰ ਬਸਰ ਕਰੀ ਰਹੇ ਪਾਰ ਤੰਬੂ ਹੈ ਉਹ ਤੰਬੂ ਆ ਉਹ ਸਾਹਮਣੇ ਲਗਾਇਆ ਤੰਬੂ ਇਹ ਮਕਾਨ ਟੇਨਸ ਬਾਅਦ ਤੰਬੂ ਲਾਇਆ ਤੁਸੀਂ ਨਾ ਨਾ ਮਾਂ ਜੀ ਦਾ ਮਕਾਨ ਟੱਠਾ ਉਸ ਤੋਂ ਬਾਅਦ ਮੈਂ ਸਮਾਨ ਕਰਨਾ ਸ਼ੁਰੂ ਕਰੀ ਮਾਰਿਆ ਠੀਕ ਹੈ ਤਾਂ ਮੁੜੀ ਦਿਸੋ ਕਿ ਸਮਾਨ ਕੱਢੀ ਬਾਹਰ ਹੱਥਾ ਤਾਂ ਰਿਹਾ ਤਾਂ ਗਰ ਗਰ ਹੋਈ ਚੁੱਕਿਆ ਅਗਲੇ ਜਿਹੜੀ ਕੜੀ ਜੀ ਸੀ ਇੱਥੇ ਪੀਏ ਵਿੱਚ ਤੇ ਫਿਰ ਨਾ ਪਛਾਣ ਹੋਈ ਆ ਮੈਂ ਬਈ ਮੈਂ ਉੱਠਣੀ ਨਹੀਂ ਆਇਆ ਮਾਰੇ ਸੀ ਸਹੀ ਹੈ ਮੈਂ ਕਿਹਾ ਹੁਣ ਕੀ ਕਰ ਸਕਾਂ ਲਾਜ ਨਾ ਕੋਈ ਅੱਡਾ ਆਸਰਾ ਨਹੀਂ ਹੈ ਜਿਹੜਾ ਕਿ ਮੈਂ ਅੱਗੇ ਬਣਾ ਸਕਾਂ ਹੁਣ ਚਲੋ ਕੋਈ ਨਹੀਂ ਬਾਕੀ ਤੁਸੀਂ ਕਿ ਸਾਰੀ ਸਿਚੁਏਸ਼ਨ ਦੱਸੀ ਹੈ ਇਹਨਾਂ ਨੇ ਕਿ ਕਿਆ ਕੋਈ ਸਿਚੁਏਸ਼ਨ ਹੈ ਇਹਨਾਂ ਨੇ ਬੇਸਿਕਲੀ ਵੀਡੀਓ ਇਸ ਵਜ੍ਹਾ ਤੋਂ ਬਣਾਈ ਹੈ ਕਿ ਅਲਹਮਦੁਲਿਲਾ ਪੈਸਿਆਂ ਨਾਲ ਕੋਈ ਮਾਮਲਾ ਆਸਾਂ ਕਿ ਇਸ਼ੂ ਇਤਨਾ ਨਹੀਂ ਹੈ ਕਿ ਮਤਲਬ ਐਸਟੀਮੇਟ ਵਗੈਰਾ ਲਾਇਆ ਇਹਨਾਂ ਨੇ ਦੋ ਕਮਰੇ ਕਿਉਂਕਿ ਉਹਨਾਂ ਆਖਿਆ ਸਭ ਤੋਂ ਜਾਓ ਉੱਥੇ ਐਸਟੀਮੇਟ ਵਗੈਰਾ ਲਾਓ ਕਮਰੇ ਅਸਾਂ ਬਣਵਾਈ ਤਾਂ ਦੇਸਾਂ ਮਾਈ ਹੋ ਰਹੇ ਲੇਕਿਨ ਮੇਨ ਇਸ਼ੂ ਇੱਥੇ ਹੈ ਕਿ ਜਗ੍ਹਾ ਖਾਲਸਾ ਨਹੀਂ ਹੈ ਖਾਲਸਾ ਨਹੀਂ ਜਗ੍ਹਾ ਜਗ੍ਹਾ ਖਾਲਸਾ ਨਹੀਂ ਹੈ ਲੇਕਿਨ ਇਹ ਤਕਰੀਬਨ ਅੱਜ ਤੋਂ 65 ਸਾਲ ਪਹਿਲੇ 1965 ਨੇ ਇੱਥੇ ਰਹੀ ਰਹੇ ਇੱਥੇ 1965 ਨੇ ਰਹਿਣੇ ਇੱਥੇ ਹੁਣ ਬਸ ਇਸ਼ੂ ਹੈ ਕਿ ਇਨਸ਼ਾਅੱਲਾ ਅਗਰ ਸ਼ੁਰੂ ਕਰਾਂ ਆਸਾਂ ਕਿ ਤਾਂ ਇਸ਼ੂ ਨਾ ਹੋਇਆ ਇੱਥੇ ਕੋਈ ਕਿਉਂਕਿ ਜ਼ਹਿਰ ਹੈ ਇੱਧਰੋਂ ਇੱਧਰੋਂ ਡਿਸਟਰਬ ਨਾ ਕਰੋ ਨਹੀਂ ਨਹੀਂ ਕੋਈ ਨਹੀਂ ਕਰਨੇ ਡਿਸਟਰਬ ਸਹੀ ਹੈ ਤਾਂ ਬਾਕੀ ਹਕੂਮਤ ਇੰਤਜ਼ਾਮੀਆ ਕੀ ਰਿਕੁਐਸਟ ਹੈ ਕਿ ਮਾਸ਼ਾਅੱਲਾ ਸੁਣਨੇ ਬਾਰੇ ਚਾਹਿਆ ਕਿ ਜ਼ਬਰਦਸਤ ਇੰਤਜ਼ਾਮੀਆ ਇੱਥੇ ਨਹੀਂ ਉਮੀਦ ਹੈ ਕਿ ਜਿਸਲੇ ਅਸਾਂ ਸੈਟਅਪ ਸ਼ੁਰੂ ਕਰ ਸਾਂ ਕਿ ਕੋਈ ਡਿਸਟਰਬ ਨਹੀਂ ਕਰਨਾ ਬੇਸਿਕਲੀ ਦੋ ਕਮਰੇ ਅਤੇ ਪਾਣੀਆਂ ਨੇ ਇਨਸ਼ਾਅੱਲਾ ਕੋਸ਼ਿਸ਼ ਕਰ ਸਾਂ ਕਿ ਇੱਥੇ ਕੋਈ ਇੰਤਜ਼ਾਮ ਕਰਾਈ ਹੋਰਾਂ ਇੱਕ ਇਹ ਨਹੀਂ ਕਾਰ ਇੱਥੇ ਉਹ ਦੋ ਤਿੰਨ ਚਾਰ ਕਾਰ ਐਸੇ ਕਾਫੀ ਮਹੱਲਾ ਆ ਜਿਹੜਾ ਕਿ ਪਾਣੀ ਨੀਚੇ ਆਉਣਾ ਆ ਪਤਾ ਕਰੇ ਤਾਂ ਅਗਰ ਇਤਨੀ ਗੱਲ ਕਰ ਸਕੋ ਤਾਂ ਬੜੀ ਮੈਂ ਤੁਸੀਂ ਜ਼ਿੰਦਗੀ ਨਾਮ ਇੱਕ ਮਤਲਬ ਕਿ ਨਹੀਂ ਨਹੀਂ ਬਜ਼ੁਰਗੋ ਬਸ ਉਹਨਾਂ ਭੈਣਾਂ ਭਰਾਵਾਂ ਵਾਸਤੇ ਦੁਆ ਕਰਨੀ ਜਿਹੜਾ ਇਤਨੀ ਹਿੰਮਤ ਕਰੀ ਅੱਲਾ ਜੀ ਉਹਨੇ ਬਾਦਸ਼ਾਹ ਬਣਾਇਆ
جزاک اللہ انشاءاللہ بس جی اللہ کرسی ہے تے ایک دو دن تک مکان بھی انشاءاللہ شروع ہوسی ہے تے بس دعا کرے تے باقی جڑی ہے کوئی سسٹم ہے انشاءاللہ آستہ آستہ سو اپڈیٹ کرنے رہتا کہ کیا کوئی سچویشن ہے اس لیے جزاک اللہ جی.